this will engulf. Let me put on record and say, sir, I want to thank the Sikh community. ਮੁਲਕ ਦੀ ਪਾਰਲੀਮੈਂਟ ਵਿੱਚ ਸਿੱਖ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰ ਰਹੇ ਇਹ ਅਸਦਉਦੀਨ ਓਵੈਸੀ ਨੇ। ਓਵੈਸੀ ਸਾਹਿਬ ਦਿੱਲੀ ਵਿੱਚ ਸਿੱਖ ਭਾਈਚਾਰੇ ਵੱਲੋਂ ਫਿਰਕੂ ਨਫ਼ਰਤ ਦੇ ਝੁੱਲੇ ਕਹਿਰ ਦਰਮਿਆਨ ਨਿਭਾਈ ਭੂਮਿਕਾ ਤੋਂ ਖਾਸੇ ਮੁਤਾਸਰ ਨੇ। ਉਹਨਾਂ ਦਾ ਕਹਿਣਾ ਹੈ ਕਿ ਮੁਲਕ ਵਿੱਚ ਝੁੱਲਦੀ ਕੱਟੜ ਹਿੰਦੂਤਵੀ ਤਾਕਤਾਂ ਦੀ ਫਿਰਕੂ ਸੁਨਾਮੀ ਦਰਮਿਆਨ ਲੈਂਪ ਸਮਾਨ ਹਨ ਜੋ ਇਨਸਾਨੀਅਤ ਨੂੰ ਰੋਸ਼ਨ ਕਰ ਰਹੇ ਹਨ। ਪਾਰਲੀਮੈਂਟ ਵਿੱਚ ਦਿੱਲੀ 'ਚ ਹੋਈ ਕਤਲੋਗਾਰਤ ਉੱਪਰ ਬੋਲਦਿਆਂ ਓਵੈਸੀ ਨੇ ਸਿੱਧਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਪਰ ਹਮਲਾ ਬੋਲਿਆ ਹੈ। ਓਵੈਸੀ ਦਾ ਕਹਿਣਾ ਹੈ ਕਿ 1984 ਦੇ ਦਿੱਲੀ ਸਿੱਖ ਕਤਲੇਆਮ ਵਿੱਚ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ, 2002 ਦੇ ਗੁਜਰਾਤ ਦੰਗਿਆਂ 'ਚ ਮੁਸਲਿਮ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਹੁਣ ਦੇ ਹੁਕਮਰਾਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਦਿੱਲੀ ਦੇ ਦੰਗਿਆਂ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਇਨਸਾਫ਼ ਦੀ ਕੋਈ ਉਮੀਦ ਨਹੀਂ। SIT ਦੀ ਰਿਪੋਰਟ ਨੂੰ ਆਧਾਰ ਬਣਾਉਂਦਿਆਂ ਓਵੈਸੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲਾਸ਼ਾਂ ਉੱਪਰ ਸਿਆਸਤ ਕਰਨ ਤੋਂ ਬਾਜ਼ ਆਵੇ। By a sitting Supreme Court judge or High Court judge to go into the actual facts. This is, and we have no faith in your SIT. Ask me, the minister over here, 84 communal riots, Nelli massacre, Gujarat, everyone who presided over this program, they have made their political palaces on my grave. They have become statesmen. You have become Prime Minister on my dead body. Shame on you. I hope people of India will throw you out very soon. Thank you, sir. Parliament to baad media nu mukhatib hundiyan Owaisi ne keha ke Amit Shah Parliament vich bataur Kendri Grah Mantri nahi balki BJP de bulare vajon pesh aa rahe ne. Owaisi da kehna hai ke Delhi Police di jaanch vich ulta Muslim bhai chare nu hi pratadit kita ja reha hai. Hazar to vadh Muslim is dauran sidha prabhavit hoye han. Unna diyan dukana hookiyan gaiyan han, ghar saade gaye han. Parliament vich Amit Shah ne virodhi ਨੂੰ ਨਾਗਰਿਕਤਾ ਸੋਧ ਕਾਨੂੰਨ ਬਹਾਨੇ ਘੇਰਦਿਆਂ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਜਵਾਬ ਦਿੰਦਿਆਂ ਓਵੈਸੀ ਨੇ ਇੱਕ ਤੋਂ ਬਾਅਦ ਇੱਕ ਤਾਬੜਤੋੜ ਹਮਲੇ ਕੀਤੇ। ਸੀਏ ਕੇ ਬਿੱਲ ਕੋ ਲੇਕਰ ਇਸ ਸਦਨ ਮੇਂ ਪੂਰੀ ਸਪਸ਼ਟਤਾ ਹੋ ਗਈ। ਪੂਰੇ ਦੇਸ਼ ਭਰ ਕੇ ਅੰਦਰ ਗੁੰਮਰਾਹ ਕਰਨੇ ਕਾ ਪ੍ਰਯਾਸ, ਯੁਵਾਓਂ ਕੋ ਗੁੰਮਰਾਹ ਕਰੇ, ਮਾਇਨੋਰਿਟੀ ਕੋ ਗੁੰਮਰਾਹ ਕਰੇ ਕਿ ਮਾਇਨੋਰਿਟੀ ਕੀ ਨਾਗਰਿਕਤਾ ਚਲੀ ਜਾਏ। ਤੁਸੀਂ ਅਗਰ ਹਾਊਸਵਾਈਫ ਹੋ ਜਾਂ ਆਲਰੇਡੀ ਟੀਚਿੰਗ ਪ੍ਰੋਫੈਸ਼ਨ ਵਿੱਚ ਹੋ ਤਾਂ ਤੁਹਾਡੇ ਲਈ ਸਾਡੇ ਕੋਲ ਇੱਕ ਬਹੁਤ ਹੀ ਅੱਛੀ ਓਪਰਚੁਨਿਟੀ ਹੈ। ਅਬੈਕਸ ਚੈਂਪਸ ਅਕੈਡਮੀ ਕੋਈ ਵੀ ਰਾਇਲਟੀ ਚਾਰਜ ਨਹੀਂ ਕਰਦੀ ਅਤੇ ਇੱਕ ਮਿਨੀਮਮ ਇਨਵੈਸਟਮੈਂਟ ਵਿੱਚ ਤੁਸੀਂ ਐਜ਼ ਅ ਫਰੈਂਚਾਈਜ਼ ਅਬੈਕਸ ਚੈਂਪਸ ਅਕੈਡਮੀ ਨੂੰ ਜੁਆਇਨ ਕਰ ਸਕਦੇ ਹੋ ਅਤੇ ਪਰ ਮੰਥ ਮਿਨੀਮਮ 25 ਤੋਂ 40 ਹਜ਼ਾਰ ਅਰਨ ਕਰ ਸਕਦੇ ਹੋ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।